ਮੇਰੀ ਕਵਿਤਾ ਅੱਜ ਦੀ ਤ੍ਰਾਸਦੀ ਬਿਰਧ ਆਸ਼ਰਮ। ਕਹਿੰਦਾ ਵੀ ਇੱਕ ਦਿਨ ਮੈਂ ਇੱਕ ਰਾਹ ਸੀ ਫੜਿਆ, ਬਿਰਧ ਆਸ਼ਰਮ ਜਾ ਮੈਂ ਵੜਿਆ। ਇੱਕ ਦਿਨ ਮੈਂ ਇੱਕ ਰਾਹ ਸੀ ਫੜਿਆ, ਬਿਰਧ ਆਸ਼ਰਮ ਜਾ ਮੈਂ ਵੜਿਆ। ਬਾਪੂ ਨੀਵੀਂ ਪਾ ਕੇ ਬੈਠਾ ਤੇ ਉਹਦੇ ਕੋਲ ਮੈਂ ਜਾ ਕੇ ਬੈਠਾ। ਬਾਪੂ ਨੀਵੀਂ ਪਾ ਕੇ ਬੈਠਾ, ਉਹਦੇ ਕੋਲ ਮੈਂ ਜਾ ਕੇ ਬੈਠਾ। ਹੱਥ ਜੋੜ ਮੈਂ ਫਤਿਹ ਬੁਲਾਈ, ਉਹਦੇ ਵਿੱਚ ਕੁਝ ਜਾਣ ਸੀ ਆਈ। ਉਹ ਬਾਪੂ ਜੀ ਇੱਥੇ ਕਿਵੇਂ ਸੀ ਆਏ, ਬਾਪੂ ਜੀ ਇੱਥੇ ਕਿਵੇਂ ਸੀ ਆਏ? ਮੈਂ ਕੁਝ ਸ਼ਬਦ ਸੀ ਲਿਖਣੇ ਚਾਹੇ ਤੇ ਬਾਪੂ ਕਹਿੰਦਾ ਸੁਣ ਲਾ ਸ਼ੇਰਾ, ਮੇਰਾ ਸੀ ਪਰਿਵਾਰ ਬਥੇਰਾ। ਬਾਪੂ ਕਹਿੰਦਾ ਸੁਣ ਲਾ ਸ਼ੇਰਾ, ਮੇਰਾ ਸੀ ਪਰਿਵਾਰ ਬਥੇਰਾ। ਬੜਾ ਸੋਹਣਾ ਉਹ ਦੌਰ ਸੀ ਹੁੰਦਾ ਤੇ ਪੂਰਾ ਮੇਰਾ ਟੌਰ ਸੀ ਹੁੰਦਾ। ਇੱਕੋ ਚੁੱਲ੍ਹੇ ਉੱਤੇ ਇਕੱਠੇ ਰੱਬ ਦਿੰਦਾ ਸੀ ਵਾਧੂ ਗੱਫੇ। ਸਾਰੇ ਪਿੰਡ ਵਿੱਚ ਗੱਲ ਸੀ ਹੁੰਦੀ ਮੇਰੇ ਰੋਬ ਤੇ ਦਾਬੇ ਦੀ। ਮੈਂ ਬਿਰਧ ਆਸ਼ਰਮ ਵਿੱਚ ਬੈਠੇ ਇੱਕ ਗੱਲ ਸੁਣਾਵਾਂ, ਮੈਂ ਬਿਰਧ ਆਸ਼ਰਮ ਵਿੱਚ ਬੈਠੇ ਇੱਕ ਗੱਲ ਸੁਣਾਵਾਂ ਬਾਬੇ ਦੀ। ਕੀ ਕਹਿੰਦਾ? ਕਹਿੰਦਾ ਸੁੱਖ ਨਾਲ ਪੰਜ ਪੁੱਤ ਸੀ ਮੇਰੇ, ਸਾਰਿਆਂ ਨੂੰ ਮੈਂ ਬੰਨੇ ਸਿਹਰੇ, ਸਾਰਿਆਂ ਨੂੰ ਹੀ ਬਹੁਤ ਪੜ੍ਹਾਇਆ, ਇੱਕ ਤੋਂ ਨੂੰ ਤਾਂ ਉਸੇ ਬਣਾਇਆ। ਧੀਆਂ ਤੋਰੀਆਂ ਨੂੰਹਾਂ ਆਈਆਂ, ਹਰ ਪਾਸੇ ਸੀ ਖੁਸ਼ੀਆਂ ਛਾਈਆਂ। ਉਂਗਲੀ ਫੜ ਫੜ ਤੁਰਦੇ ਪੋਤੇ, ਦਾਦੇ ਦਾਦੀ ਨੂੰ ਚਾਅ ਸੀ ਬਹੁਤੇ। ਘਰ ਦੇ ਵਿੱਚ ਕਦੇ ਗੱਲ ਨਾ ਹੁੰਦੀ ਬਹੁਤੇ ਸ਼ੋਰ ਸ਼ਰਾਬੇ ਦੀ। ਮੈਂ ਬਿਰਧ ਆਸ਼ਰਮ ਵਿੱਚ ਬੈਠੇ ਇੱਕ ਗੱਲ ਸੁਣਾਵਾਂ। ਕਹਿੰਦਾ ਐਸੀ ਗਵਾਂ ਦੀ ਝੁੱਲੀ ਹਨੇਰੀ, ਪੁੱਤਰਾ ਫੁੱਟ ਗਈ ਕਿਸਮਤ ਮੇਰੀ। ਰੌਲਾ ਘਰ ਵਿੱਚ ਰਹਿਣ ਸੀ ਲੱਗਾ ਤੇ ਘਰ ਦਾ ਪੱਠਾ। ਕਹਿੰਦਾ ਘਰ ਦੀਆਂ ਜਦੋਂ ਪਈਆਂ ਵੰਡੀਆਂ, ਸਾਰੇ ਪਿੰਡ ਵਿੱਚ ਹੋਈਆਂ ਭੰਡੀਆਂ। ਵਰਤ ਗਿਆ ਸੀ ਇਹ ਕੀ ਭਾਣਾ, ਕਮਲਾ ਹੋ ਗਿਆ ਸਾਰਾ ਲਾਲਾ। ਫਿਰ ਕੀ ਦੱਸਾਂ ਤੈਨੂੰ ਮੱਲਾ, ਬਾਪੂ ਤੇਰਾ ਰਹਿ ਗਿਆ ਕੱਲਾ। ਪੁੱਤਾਂ ਦੀ ਝੱਲ ਸਕੀ ਨਾ ਦੂਰੀ, ਤੇ ਬੇਬੇ ਤੇਰੀ ਹੋ ਗਈ ਪੂਰੀ। ਪੁੱਤਾਂ ਦੀ ਝੱਲ ਸਕੀ ਨਾ ਦੂਰੀ, ਬੇਬੇ ਤੇਰੀ ਹੋ ਗਈ ਪੂਰੀ। ਵੇਖ ਸਕੀ ਨਾ ਉਹ ਲੜਾਈ, ਨਿੱਤ ਦੇ ਖੂਨ ਖਰਾਬੇ ਦੀ। ਮੈਂ ਬਿਰਧ ਆਸ਼ਰਮ ਵਿੱਚ ਬੈਠੇ ਇੱਕ ਗੱਲ ਸੁਣਾਵਾਂ। ਕਹਿੰਦਾ ਘਰ ਵਾਲੀ ਜਦ ਮੀਟੀਆਂ ਅੱਖਾਂ, ਪੁੱਤਰਾ ਫਿਰ ਕੀ ਤੈਨੂੰ ਦੱਸਾਂ, ਕੱਲਾ ਬਹਿ ਬਹਿ ਜਦ ਮੈਂ ਰੋਇਆ। ਕਹਿੰਦੇ ਬਾਪੂ ਕਮਲਾ ਹੋਇਆ, ਕੱਲਾ ਬਹਿ ਬਹਿ ਜਦ ਮੈਂ ਰੋਇਆ। ਕਹਿੰਦੇ ਬਾਪੂ ਕਮਲਾ ਹੋਇਆ ਤੇ ਬੂਹੇ ਕੋਲ ਮੈਂ ਬੈਠਾ ਰਹਿੰਦਾ, ਸਾਰਾ ਟੱਬਰ ਆਉਣ ਨੂੰ ਖਾਣ ਨੂੰ ਪੈਂਦਾ ਤੇ ਹੋਰ ਮੁਸੀਬਤ ਆ ਗਈ ਭਾਰੀ, ਹੋਰ ਮੁਸੀਬਤ ਆ ਗਈ ਭਾਰੀ। ਰੋਟੀ ਦੀ ਨਾ ਬਣਨੀ ਵਾਰੀ, ਔਖਾ ਹੋ ਗਿਆ ਯਾਰ ਜਿਉਣਾ, ਇਹ ਵੀ ਸੀ ਕੋਈ ਡੰਗ ਟਪਾਉਣਾ। ਕੀ ਰੋਟੀ ਦੀ ਹਾਲਤ ਦੱਸਾਂ ਜੋ ਹੁੰਦੀ ਮਾੜੇ ਢਾਬੇ ਦੀ। ਮੈਂ ਬਿਰਧ ਆਸ਼ਰਮ ਵਿੱਚ ਬੈਠੇ ਇੱਕ ਗੱਲ ਸੁਣਾਵਾਂ। ਕਹਿੰਦਾ ਇੱਕ ਦਿਨ ਫਿਰ ਮੇਰਾ ਮਿਲਿਆ ਹਾਣੀ, ਤੇ ਉਹਦੀ ਵੀ ਸੀ ਉਹੀ ਕਹਾਣੀ। ਇੱਕ ਦਿਨ ਫਿਰ ਮੇਰਾ ਮਿਲਿਆ ਹਾਣੀ, ਉਹਦੀ ਵੀ ਸੀ ਉਹੀ ਕਹਾਣੀ। ਦੋਵਾਂ ਰੋ ਰੋ ਕੀਤੀਆਂ ਗੱਲਾਂ, ਅੱਖਾਂ ਦਾ ਪਾਣੀ ਬਣਿਆ ਛੱਲਾ। ਪਿਛਲਾ ਸਭ ਕੁਝ ਚੇਤੇ ਆਇਆ, ਸੰਨ 47 ਜਿਵੇਂ ਨਗਾਇਆ। ਪਾਲੇ ਸੀ ਅਸੀਂ ਬਹੁਤ ਨਿਆਣੇ, ਅੱਜ ਕੱਲ੍ਹ ਹੋ ਗਏ ਬਹੁਤ ਸਿਆਣੇ। ਪਾਲੇ ਸੀ ਅਸੀਂ ਕਿਵੇਂ ਨਿਆਣੇ, ਅੱਜ ਕੱਲ੍ਹ ਹੋ ਗਏ ਬਹੁਤ ਸਿਆਣੇ। ਪਾਕਿਸਤਾਨ ਤੋਂ ਉੱਠ ਕੇ ਆਏ, ਇੱਥੇ ਆ ਅਸੀਂ ਘਰ ਬਣਾਏ, ਇੱਕ ਦੂਜੇ ਦੇ ਪੂੰਝੇ ਹੰਝੂ। ਅਗਲੀ ਜ਼ਿੰਦਗੀ ਕਿਵੇਂ ਹਲੰਗੂ,
ਦੋਵਾਂ ਰਲ ਅਸੀਂ ਮਸਾ ਪਕਾਇਆ, ਦੋਵਾਂ ਰਲ ਅਸੀਂ ਮਤਾ ਪਕਾਇਆ ਤੇ ਇੱਥੇ ਆ ਅਸੀਂ ਡੇਰਾ ਲਾਇਆ। ਬੜੀ ਬੜੀ ਹੈ ਮਿਹਰਬਾਨੀ ਮੇਰੇ ਇਸੇ ਯਾਰ ਗੁਲਾਬੇ ਦੀ। ਮੈਂ ਬਿਰਧ ਆਸ਼ਰਮ ਵਿੱਚ ਬੈਠੇ ਇੱਕ ਗੱਲ ਸੁਣਾਵਾਂ। ਕਹਿੰਦਾ ਅੱਖਾਂ ਦੇ ਵਿੱਚ ਸੁਪਨੇ ਰਹਿ ਗਏ, ਆਸਾਂ ਵਾਲੇ ਮਹਿਲ ਵੀ ਢਹਿ ਗਏ। ਉਹ ਸੱਚੀ ਲਿਖ ਦੇਈ ਜਵਾਨਾ, ਇਹ ਕਿਹੋ ਜਿਹਾ ਹੈ ਜਮਾਨਾ? ਸੱਚੀ ਗੱਲ ਲਿਖ ਦੇਈ ਜਵਾਨਾ, ਇਹ ਕਿਹੋ ਜਿਹਾ ਹੈ ਜਮਾਨਾ? ਮੋਹ ਮੁਹੱਬਤ ਪਿਆਰ ਰਿਹਾ ਨਾ, ਮਾਪਿਆਂ ਦਾ ਸਤਿਕਾਰ ਰਿਹਾ ਨਾ, ਕਲਮ ਨਾਲ ਤੂੰ ਲਿਖੀ ਸਚਾਈਆਂ, ਬਾਕੀ ਜੋ ਤੇਰੇ ਦਿਲ ਆਈਆਂ। ਵੇਖ ਲਿਆ ਇਹ ਹਾਲ ਪਛੇਰਾ, ਸੁਣਨਾ ਲੱਗਦਾ ਚਾਰ ਸਫੇਰਾ, ਚੇਤੇ ਕਰ ਪਰਿਵਾਰ ਨੂੰ ਰੋਵਾਂ, ਕਿਹੜੇ ਘਰ ਵਿੱਚ ਜਾ ਖਲੋਵਾਂ, ਇੱਜ਼ਤ ਚੇਤੇ ਕਰ ਕਰ ਰੋਵਾਂ। ਮੈਂ ਆਪਣੇ ਦੇਸ਼ ਪੰਜਾਬੇ ਦੀ, ਮੈਂ ਬਿਰਧ ਆਸ਼ਰਮ ਵਿੱਚ ਬੈਠੇ ਇੱਕ ਗੱਲ ਸੁਣਾਵਾਂ, ਐਂਡ ਵਾਲਾ ਪਹਿਰਾ ਜੀ। ਕਹਿੰਦਾ ਗੁਲਾਮੀ ਵਾਲਾ ਸੱਚ ਹੈ ਕਹਿੰਦਾ, ਤੇ ਲਿਖੀ ਗਿਆ ਜੋ ਬਾਪੂ ਕਹਿੰਦਾ। ਗੁਲਾਮੀ ਵਾਲਾ ਸੱਚ ਹੈ ਕਹਿੰਦਾ, ਲਿਖੀ ਗਿਆ ਜੋ ਬਾਪੂ ਕਹਿੰਦਾ। ਆਖੇ ਕੀ ਪੰਜਾਬ ਨੂੰ ਹੋਇਆ, ਵੱਡਿਆਂ ਦਾ ਸਤਿਕਾਰ ਹੀ ਹੋਇਆ। ਗੱਲ ਸੁਣੋ ਬਈ ਦੁਨੀਆਂ ਵਾਲੋ, ਮਾਂ ਪਿਓ ਨੂੰ ਘਰੇ ਸੰਭਾਲੋ। ਗੱਲ ਸੁਣੋ ਬਈ ਦੁਨੀਆਂ ਵਾਲੋ, ਮਾਂ ਪਿਓ ਨੂੰ ਘਰੇ ਸੰਭਾਲੋ। ਇਹ ਖਜ਼ਾਨਾ ਮੁੜ ਨਹੀਂ ਛਿਆਉਣਾ, ਵੱਡਿਆਂ ਬਾਜੋ ਕਾਹਦਾ ਚਿਆਉਣਾ। ਉਲਝ ਰਹੀ ਹੈ ਬਹੁਤੀ ਤਾਣੀ, ਤੇ ਘਰ ਘਰ ਦੀ ਬਣ ਗਈ ਕਹਾਣੀ। ਚਾਰੇ ਪਾਸੇ ਇਹੀ ਗੱਲ ਹੈ, ਕੀ ਮਾਝੇ ਕੀ ਦੁਆਬੇ ਦੀ। ਮੈਂ ਬਿਰਧ ਆਸ਼ਰਮ ਵਿੱਚ ਬੈਠੇ ਇੱਕ ਗੱਲ ਸੁਣਾਵਾਂ ਬਾਬੇ ਦੀ। ਮੈਂ ਬਿਰਧ ਆਸ਼ਰਮ ਵਿੱਚ ਬੈਠੇ ਇੱਕ ਗੱਲ ਸੁਣਾਵਾਂ ਬਾਬੇ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ।